ਪਰਮ ਸਤਿਕਾਰਯੋਗ ਬਰਗਾੜੀ ਦੇ ਇਨਸਾਫ ਮੋਰਚੇ ਅੰਦਰ 45ਵੇਂ ਦਿਨ ਵਿੱਚ ਸ਼ਿਰਕਤ ਕਰਨ ਆਏ ਗੁਰੂ ਪਿਆਰੇ ਖਾਲਸਾ ਜੀ ਬੜਾ ਮਹਾਨ ਇਕੱਠ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਮਰਪਣ ਵਿੱਚ ਹੋ ਰਿਹਾ। ਜਿੱਥੋਂ ਤੱਕ ਮੇਰੀ ਆਵਾਜ਼ ਆ ਰਹੀ ਹੈ ਇਕੱਠ ਬਹੁਤ ਹੈ, ਮੋਰਚਾ ਚੜ੍ਹਦੀ ਕਲਾ ਵਿੱਚ ਜਾ ਰਿਹਾ, ਓਨੀ ਹੀ ਚੜ੍ਹਦੀ ਕਲਾ ਵਿੱਚ ਆਪਾਂ ਸਾਰੇ ਗੁਰੂ ਫਤਿਹ ਦੀ ਸਾਂਝ ਕਰੀਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ। ਇੱਕ ਵਾਰੀ ਫੇਰ ਕਿਰਪਾ ਕਰਿਓ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ। ਆਪਾਂ ਸਾਰਿਆਂ ਨੂੰ ਗੁਰਮੁਖ ਪਿਆਰਿਓ ਪਤਾ ਹੈ ਸਮਾਂ ਵੀ ਬਹੁਤ ਕੀਮਤੀ ਹੈ, ਮੇਰੇ ਵਾਸਤੇ ਤੇ ਬਹੁਤਾ ਹੀ ਕੀਮਤੀ ਹੈ। ਕਾਫੀ ਦਿਨਾਂ ਤੋਂ ਅੱਜ ਸਮਾਂ ਮਿਲਿਆ ਗੁਰਮਾ ਪਿਆਰਿਓ, ਜਿੱਥੇ ਮੋਰਚਾ ਚੜ੍ਹਦੀ ਕਲਾ ਵਿੱਚ ਜਾ ਰਿਹਾ ਤੇ ਉੱਥੇ ਜਿਹੜੇ ਵਿਰੋਧੀ ਨੇ ਉਹਨਾਂ ਨੇ ਵੀ ਆਪਣੀਆਂ ਦੰਦੀਆਂ ਤਿੱਖੀਆਂ ਕਰ ਰੱਖੀਆਂ। ਕੋਈ ਗੁਰਮਾ ਪਿਆਰਿਓ ਕਿਸੇ ਗੱਲ ਤੇ ਕਟਾਸ਼ ਕਰ ਰਿਹਾ, ਕੋਈ ਚੈਨਲ ਕਰ ਰਿਹਾ, ਕੋਈ ਪਾਰਟੀ ਕਰ ਰਹੀ ਹੈ ਤੇ ਪਿਛਲੇ ਦਿਨੀ ਇੱਕ ਵੀਡੀਓ ਸਾਹਮਣੇ ਆਈ ਸੀ, ਉਹਦੇ ਖਾਲਸੇ ਦੇ ਦਸਵੰਧ ਨੂੰ ਲੈ ਕੇ ਢਿੱਡ ਪੀੜ ਪੈ ਗਈ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਜਿਹੜੇ ਮੇਰੇ ਸੱਜੇ ਪਾਸੇ ਵੀਰ ਖਲੋਤੇ ਨੇ ਸਾਰੇ ਬਹਿ ਜਾਓ, ਕਿਉਂਕਿ ਪਿਛਲੀ ਸੰਗਤ ਨੂੰ ਸਟੇਜ ਦੇ ਦਰਸ਼ਨ ਨਹੀਂ ਹੋ ਰਹੇ। ਸਾਰੇ ਵੀਰਾਂ ਨੂੰ ਬੇਨਤੀ ਹੈ, ਆਉਣ ਵਾਲੇ ਕਾਫਲਿਆਂ ਦਾ ਧੰਨਵਾਦ ਹੈ। ਸਾਰੇ ਗੁਰਮੁਖ ਪਿਆਰਿਓ ਆਪਣੀ ਆਪਣੀ ਜਗ੍ਹਾ ਲਓ, ਫਤਿਹ ਬੁਲਾ ਕੇ ਮੈਂ ਬੇਨਤੀ ਕਰ ਰਿਹਾ ਸਾਂ। ਉਸ ਵੀਰ ਦੇ ਢਿੱਡ ਪੀੜ ਪੈ ਗਈ ਸੰਗਤ ਦੇ ਦਸਵੰਧ ਨੂੰ ਲੈ ਕੇ। ਅੱਜ ਜਿਹੜੀ ਕਵਿਤਾ ਹੈ ਉਹਦੇ ਮੈਂ ਹੋਰ ਸੰਬੰਧ ਵਿੱਚ ਸੁਣਾਵਾਂਗਾ, ਪਰ ਬਹੁਤ ਛੇਤੀ ਆਪ ਜੀ ਦੇ ਨਜ਼ਰੇ ਕਵਿਤਾ ਵੀ ਕਰਾਂਗੇ। ਪਰ ਉਸ ਗੱਲ ਤੇ ਅੱਜ ਇੱਕ ਮੈਂ ਕਟਾਕਸ਼ ਜ਼ਰੂਰ ਕਰਨਾ ਚਾਹੁੰਦਾ ਕਿ ਇਹਨਾਂ ਝੂਠਿਆਂ ਦਾ ਹਾਲ ਕੀ ਹੁੰਦਾ। ਇਹਨਾਂ ਝੂਠਿਆਂ ਦਾ ਨਾ ਕੋਈ ਗੁਰੂ ਹੁੰਦਾ, ਨਾ ਕੋਈ ਪੀਰ ਹੁੰਦਾ, ਨਾ ਇਹਨਾਂ ਦੀ ਕੋਈ ਜ਼ਮੀਰ ਹੁੰਦੀ ਹੈ। ਇਹ ਕਿਸੇ ਦੇ ਬੁਲਾਏ ਬੋਲਦੇ ਨੇ। ਇੱਕ ਵਾਰੀ ਗੁਰਮੁਖ ਪਿਆਰਿਓ ਕਹਿੰਦੇ ਕੋਈ ਵਪਾਰੀ ਸੀ, ਵਪਾਰੀ ਉਹਨੂੰ ਰਾਤ ਪੈ ਗਈ। ਉਹ ਜਦੋਂ ਕਿਸੇ ਸ਼ਹਿਰ ਵਿੱਚ ਦੀ ਲੰਘਣ ਲੱਗਿਆ ਤੇ ਇੱਕ ਤੇਲੀ ਵੀਰ ਨੂੰ ਕਹਿਣ ਲੱਗਾ ਮੈਂ ਰਾਤ ਕੱਟਣੀ ਆ।
ਤੇ ਉਹ ਗੁਰਮਾ ਪਿਆਰਾ ਕਹਿਣ ਲੱਗਾ, ਕਹਿੰਦਾ ਮੈਂ ਰਾਤ ਕੱਟਣੀ ਆ ਕੋਲੂ ਵਾਲੇ ਵੀਰ ਨੂੰ, ਕਹਿੰਦਾ ਤੇਰੇ ਕੋਲੂ ਨਾਲ ਆਪਣੀ ਘੋੜੀ ਬੰਨ ਲਾ। ਝੂਠਿਆਂ ਦਾ ਹਾਲ ਦੱਸਣ ਲੱਗਿਆ ਮੈਂ ਤੁਹਾਨੂੰ। ਉਹ ਕਹਿੰਦਾ ਕੋਈ ਗੱਲ ਨੀ, ਬੰਨ ਲੈ, ਦੋ ਫੁਲਕੇ ਖਾ ਲੈ ਤੇ ਪੈ ਜਾ, ਸਵੇਰੇ ਉੱਠ ਜੀ। ਪਰ ਅੰਦਰੋਂ ਉਹਦੀ ਮਨਸ਼ਾ ਮਾੜੀ ਸੀ, ਉਹਨੇ ਘੋੜੀ ਗੁਰਮਾ ਪਿਆਰਿਓ ਕੋਲੂ ਨਾਲ ਬੰਨਤੀ ਤੇ ਰਾਤ ਨੂੰ ਘੋੜੀ ਸੂਪੀ। ਉਹ ਵਪਾਰੀ ਬੜਾ ਖੁਸ਼ ਹੋਇਆ, ਵਛੇਰਾ ਦਿੱਤਾ। ਉਹਨੇ ਕਿਹਾ ਵੀ ਰਾਤ ਕੱਟੀ ਆਪਣੀ ਘੋੜੀ ਸੂਫੀ ਸੰਭਾਲਾ ਕਰ ਲਿਆ, ਚਲੋ ਹੁਣ ਚੱਲਦੇ ਆ। ਜਦੋਂ ਘੋੜੀ ਖੋਲੀ ਵਛੇਰੇ ਨੂੰ ਲੈ ਕੇ ਜਾਣ ਲੱਗਾ ਤੇ ਕੋਲੂ ਵਾਲਾ ਕਿੱਧਰ ਬਈ, ਕੋਲੂ ਵਾਲਾ ਕਹਿੰਦਾ ਤੇਲੀ, ਕਹਿੰਦਾ ਮੇਰੀ ਘੋੜੀ ਆ ਰਾਤ ਸੂਫੀ, ਮੈਂ ਵਛੇਰਾ ਲੈ ਕੇ ਚੱਲਿਆ। ਕਹਿੰਦਾ ਵਾਹ ਹੋਏ ਪਿਓ ਦੇ ਪੁੱਤਾ, ਘੋੜੀ ਨੀ ਸੂਈ ਤੇ ਕੋਲੂ ਸੂਇਆ। ਝੂਠਿਆਂ ਦੀ ਗੱਲ ਸੁਣਾ ਰਿਹਾ, ਕਹਿੰਦਾ ਇਹ ਤਾਂ ਕੋਲੂ ਸੂਇਆ, ਘੋੜੀ ਨੀ ਸੂਈ। ਆ ਇੱਕ ਗੱਡੀ ਹੈ BB67B8 8 81 55 ਸਵਿਫਟ, BB67B8 81 55। ਇਸ ਵੀਰ ਨੂੰ ਬੇਨਤੀ ਹੈ ਕਿ ਗੱਡੀ ਪਾਸੇ ਕਰ ਲੈਣ। ਉਹ ਕਹਿੰਦਾ ਵੀ ਤੇਰੀ ਘੋੜੀ ਨੀ ਸੂਈ, ਇਹ ਤਾਂ ਮੇਰਾ ਕੋਲੂ ਸੂਇਆ। ਉਹ ਕਹਿੰਦਾ ਯਾਰ ਕਦੇ ਕੋਲੂ ਵੀ ਸੂਦਾ ਹੁੰਦਾ, ਪਤਾ ਘੋੜੀ ਨੇ ਵਛੇਰਾ ਦਿੱਤਾ, ਕਿਉਂ ਮੇਰੇ ਨਾਲ ਠੱਗੀ ਮਾਰਦਾ। ਉਹੇ ਜਾ ਠਾਕੇ ਕੋਦੇ ਗੁਆਂਢ ਚ ਹੋਰ ਬੈਠਾ ਸੀ, ਉਹਨੇ ਉਹ ਸੱਦ ਲਿਆ, ਕਹਿੰਦਾ ਆਪਾਂ ਇਹ ਤੋਂ ਨਿਆ ਨਿਆ ਕਰਾ ਲੈਂਦੇ ਆ। ਮੈਂ ਉਸ ਵੀਰ ਨੂੰ ਸਮਰਪਣ ਤੇ ਸੁਣਾਉਣਾ ਚਾਹੁੰਦਾ ਜਿਹੜੇ ਸਰਪੰਚ ਸਾਹਿਬ ਨੇ ਇਸ ਦਸਬੰਧ ਉੱਤੇ ਕਿੰਤੂ ਕੀਤਾ ਸੀ। ਉਹਨੇ ਆਪਣਾ ਗੁਆਂਢੀ ਸੱਦ ਲਿਆ, ਉਹ ਕਹਿੰਦਾ ਦੱਸੀ ਯਾਰ ਭਲਾ ਘੋੜੀ ਨੇ ਵਛੇਰਾ ਦਿੱਤਾ ਕਿ ਕੋਲੂ ਨੇ ਦਿੱਤਾ। ਹੁਣ ਬਸ਼ਰਮਾ ਦੇ ਬਸ਼ਰਮੀ ਰਿਸ਼ਤੇਦਾਰ, ਉਹ ਕਹਿੰਦਾ ਹਾਂ ਯਾਰ ਕੱਲ ਕੋਲੂ ਦੇ ਦਰਦ ਜਾਂਦਾ ਹੋ ਰਿਹਾ ਸੀ, ਕਹਿੰਦਾ ਕੱਲ ਕੋਲੂ ਦੇ ਦਰਦ ਜਾਂਦਾ ਹੋ ਰਿਹਾ ਸੀ, ਇਹ ਕੋਲੂ ਨੇ ਦਿੱਤਾ ਹੋਣਾ। ਉਹਨੇ ਸੋਚਿਆ ਵੀ ਬੜੀ ਮਾੜੀ ਗੱਲ ਹੋਈ ਯਾਰ, ਆਪਣਾ ਮਹਿੰਗੇ ਪੈਸਿਆਂ ਦਾ ਵਛੇਰਾ ਇਹਨੇ ਰੱਖ ਲਿਆ। ਉਹ ਕਹਿੰਦਾ ਚੰਗਾ ਮੈਨੂੰ ਮੇਰੀ ਘੋੜੀ ਦਿਓ ਤੇ ਮੈਂ ਆਪਣੇ ਘਰ ਜਾਵਾਂ। ਕਹਿੰਦਾ ਵਾਹ ਓਏ ਪਿਓ ਦੇ ਪੁੱਤਾ, ਤੇ ਵਛੇਰਾ ਪਾਲੂਗਾ ਕਿਵੇਂ, ਇਹ ਤਾਂ ਸਾਡੀ ਦਾਈ ਹੈ। ਆਖੋ ਸਤਨਾਮ। ਠੱਗ ਲੋਕ ਇਹੋ ਜਿਹੇ ਹੁੰਦੇ, ਉਹ ਵਿਚਾਰਾ ਖਾਲੀ ਹੱਥ ਝਾੜ ਕੇ ਤੇ ਘਰਾਂ ਨੂੰ ਮੁੜ ਗਿਆ। ਖਾਲਸਾ ਜੀ, ਇਹਨਾਂ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਅੱਜ ਦੀ ਜਿਹੜੀ ਮੇਰੀ ਕਵਿਤਾ ਹੈ ਮੈਂ ਲਖਾਰੀ ਵੀਰਾਂ ਨੂੰ ਸਮਰਪਿਤ ਕੀਤੀ ਹੈ। ਇੱਥੇ ਵਕੀਲ ਵੀ ਆਏ, ਮਿਹਨਤ ਕਸ਼ ਵੀ ਆਏ, ਮਜ਼ਦੂਰ ਵੀ ਆਏ, ਸਾਰਿਆਂ ਵਰਗਾਂ ਦੇ ਲੋਕ, ਅਧਿਆਪਕ ਵੀ ਆਏ, ਕਿਸਾਨ ਵੀ ਆਏ, ਢਾਡੀ ਵੀ ਆਏ, ਰਾਗੀ ਵੀ ਆਏ, ਕਮਿਸ਼ਨ ਵੀ ਆਏ। ਪਰ ਮੈਂ ਉਹਨਾਂ ਲਖਾਰੀ ਵੀਰਾਂ ਨੂੰ ਜਿਹੜੇ ਸੱਭਿਆਚਾਰ ਪ੍ਰਤੀ, ਵਿਗਿਆਨ ਪ੍ਰਤੀ, ਧਰਮ ਪ੍ਰਤੀ ਲਿਖਦੇ ਆ, ਅੱਜ ਦੀ ਕਵਿਤਾ ਤੇ ਇੱਕ ਜਾਗੋ ਕਹਿ ਕੇ ਆਪ ਜੀ ਤੋਂ ਮਾਫੀ ਮੰਗ ਜਾਣੀ ਆ। ਆਓ ਉਹਨਾਂ ਲਖਾਰੀ ਵੀਰਾਂ ਨੂੰ ਮੈਂ ਆਵਾਜ਼ ਮਾਰਾਂ ਕਿ ਆਪਾਂ ਲਿਖਿਆ ਬੜਾ, ਆਪਾਂ ਸੱਸੀ ਪੁੰਨੂ ਨੂੰ ਸਿਰ ਚੜਾਤਾ, ਆਪਾਂ ਹੀਰ ਰਾਂਝੇ ਨੂੰ ਸਿਰ ਚੜਾਤਾ, ਆਪਾਂ ਗੁਰਮਹਿ ਪਿਆਰਿਓ ਜਿੱਥੇ ਹਥਿਆਰ ਰੱਖਣੇ ਹੀ ਵੈਨ ਆ, ਉੱਥੇ ਫੈਰ ਕਰਨ ਵੀ ਇਹਨਾਂ ਲਖਾਰੀ ਵੀਰਾਂ ਨੇ ਲਾ ਤੇ। ਆਓ ਆਪਣਾ ਫਰਜ਼ ਅਦਾ ਕਰੀਏ, ਅੱਜ ਬਰਗਾੜੀ ਦੇ ਮੋਰਚੇ ਵਿੱਚ ਆਪਣਾ ਬਣਦਾ ਹਿੱਸਾ ਪਾਈਏ।
ਸੁਣਿਓ ਪਿਆਰ ਨਾਲ, ਸਰਦਾਰ ਸਿਮਰਨਜੀਤ ਸਿੰਘ ਦੀ ਮਾਂ ਉਹ ਵੀ ਵੱਡਾ ਜਥਾ ਲੈ ਕੇ ਪਹੁੰਚੇ ਹੈ। ਆਓ ਉਹਨੇ ਸਮੇਂ ਵਿੱਚ ਇੰਨੇ ਸਮੇਂ ਚੋਂ ਪਹੁੰਚਦੇ ਹੈ, ਆਪਾਂ ਕਵਿਤਾ ਦੀ ਸਾਂਝ ਕਰੀਏ। ਆਪਾਂ ਭੁੱਲੇ ਹੋਏ ਲੋਕਾਂ ਨੂੰ ਬੁਲਾ ਲਈਏ, ਕਦੇ ਰੱਬ ਦਾ ਪੈਗਾਮ ਨਹੀਂ ਪਾੜੀਦਾ। ਆਪਾਂ ਭੁੱਲੇ ਹੋਏ ਲੋਕਾਂ ਨੂੰ ਬੁਲਾ ਲਈਏ, ਕਦੇ ਰੱਬ ਦਾ ਪੈਗਾਮ ਨਹੀਂ ਪਾੜੀਦਾ। ਕਰਮਾਂ ਵਾਲੇ ਕਲਮਾਂ ਦੇ ਵਾਲ ਆਜੋ ਲਿਖ ਲਈਏ ਹਾਲ ਬਰਗਾੜੀ ਦਾ। ਬਹੁਤ ਕੁਝ ਲਿਖਿਆ, ਕੁਝ ਸੱਚ ਸੀ ਤੇ ਕੁਝ ਕੋਲੋਂ ਲਿਖਿਆ। ਆਪਾਂ ਅੱਜ ਤੱਕ ਬਹੁਤ ਕੁਝ ਲਿਖਿਆ, ਕੁਝ ਸੱਚ ਸੀ ਤੇ ਕੁਝ ਕੋਲੋਂ ਲਿਖਿਆ। ਉਹ ਲਿਖੋ ਦਿਨ ਰਾਤ ਮੇਰੇ ਵੀਰ ਨੂੰ, ਕਦੇ ਆਪਣਾ ਇਤਿਹਾਸ ਨੀ ਵਿਗਾੜੀ ਦਾ। ਲਿਖੋ ਦਿਨ ਰਾਤ ਮੇਰੇ ਵੀਰ ਨੂੰ, ਕਦੇ ਆਪਣਾ ਇਤਿਹਾਸ ਨੀ ਵਿਗਾੜੀ ਦਾ। ਕਰਮਾਂ ਵਾਲੇ ਕਲਮਾਂ ਦੇ ਮਾਲਕੋ ਆਜੋ ਲਿਖ ਲਈਏ ਹਾਲ ਬਰਗਾੜੀ ਦਾ। ਕਲਮਾਂ ਵਾਲੇ ਕਲਮਾਂ ਦੇ ਮਾਲਕੋ ਆਜੋ ਲਿਖ ਲਈਏ ਸੱਸੀਆਂ ਦੇ ਹੀਰਾਂ ਨੂੰ ਵੀ ਲਿਖਿਆ, ਆਪਾਂ ਸਮੇਂ ਦੇ ਹੀਰਾਂ ਨੂੰ ਵੀ ਲਿਖਿਆ, ਆਪਾਂ ਸੱਸੀਆਂ ਦੇ ਹੀਰਾਂ ਨੂੰ ਵੀ ਲਿਖਿਆ, ਆਪਾਂ ਸਮੇਂ ਦੇ ਵਜ਼ੀਰਾਂ ਨੂੰ ਵੀ ਲਿਖਿਆ। ਹੁਣ ਉੱਠਿਆ ਸਵਾਲ ਮੇਰੇ ਵੀਰ ਨੂੰ, ਪਾਣੀ ਦਸ ਤਾਰਿਆਂ ਤੇ ਕੇਸ ਦਾੜੀ ਦਾ। ਹੁਣ ਉੱਠਿਆ ਸਵਾਲ ਮੇਰੇ ਵੀਰ ਨੂੰ, ਪਾਣੀ ਕੇਸ ਦਸ ਤਾਰਿਆਂ ਤੇ ਦਾੜੀ ਦਾ। ਕਰਮਾਂ ਵਾਲੇ ਜੂਨ ਦਾ ਸੀ ਦਿਨ ਐਸਾ ਚੜਿਆ, ਕਿਆ ਕਿਸੇ ਵੀ ਨਾ ਸਿੱਖ ਕੋਲੋਂ ਚੜਿਆ। ਸਰਬੱਤ ਦਾ ਭਲਾ ਜੋ ਹੁਣ ਮੰਗਦੇ, ਉਹਨਾਂ ਦਾ ਕਲੇਜਾ ਨਹੀਂ ਸਾੜੀਦਾ। ਸਰਬੱਤ ਦਾ ਭਲਾ ਜੋ ਹੁਣ ਮੰਗਦੇ, ਉਹਨਾਂ ਦਾ ਕਲੇਜਾ ਨਹੀਂ ਸਾੜੀਦਾ। ਕਰਮਾਂ ਵਾਲੇ ਕਲਮਾਂ ਦੇ ਮਾਲਕੋ ਆਜੋ ਲਿਖ ਲਈਏ ਹਾਲ ਬਰਗਾੜੀ ਦਾ। ਕਰਮਾਂ ਵਾਲੇ ਕਲਮਾਂ ਦੇ ਮਾਲਕੋ
ਲੈ ਕੇ ਆਉਂਦੇ ਨੇ ਲਾਉਂਦੇ ਨੇ ਛਬੀਲਾਂ ਪਾਣੀ ਵਾਲੀਆਂ ਲੋਕੀ ਲੰਗਰ ਬਣਾ ਕੇ ਲੈ ਕੇ ਆਉਂਦੇ ਨੇ ਨਾਲੇ ਲਾਉਂਦੇ ਨੇ ਛਬੀਲਾਂ ਪਾਣੀ ਵਾਲੀਆਂ ਓਏ ਆਪਾਂ ਧਰਮ ਦੇ ਲਈ ਕੁਝ ਲਿਖੀਏ ਲਿਖੀਏ ਕਲਮਾਂ ਪਿਆਰ ਵਾਲੀਆਂ ਆਪਾਂ ਧਰਮ ਦੇ ਲਈ ਕੁਝ ਲਿਖੀਏ ਓ ਲਿਖੀਏ ਕਲਮਾਂ ਪਿਆਰ ਵਾਲੀਆਂ ਐਸਾ ਤੀਰ ਚਾਂਦਪੁਰੇ ਤੋਂ ਛੱਡੀਏ ਮੋਰਚਾ ਫਰਸ਼ਾਂ ਤੋਂ ਅਰਸ਼ਾਂ ਤੱਕ ਦਾੜੀ ਦਾ ਐਸਾ ਤੀਰ ਚਾਂਦਪੁਰੇ ਤੋਂ ਛੱਡੀਏ ਮੋਰਚਾ ਫਰਸ਼ ਤੋਂ ਅਰਸ਼ ਤੱਕ ਦਾੜੀ ਦਾ ਕਰਮਾਂ ਵਾਲੇ ਭੁੱਲੇ ਹੋਏ ਲੋਕਾਂ ਨੂੰ ਬਤਾ ਦੀਏ ਕਦੇ ਰੱਬ ਦਾ ਪੈਗਾਮ ਨਹੀਂ ਪਾੜੀ ਦਾ ਕਰਮਾਂ ਵਾਲੇ ਪਿਆਰਿਓ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜਿੱਥੇ ਹੋਰ ਬੜੇ ਕਾਫਲੇ ਪਹੁੰਚੇ ਨੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਿੱਖ ਕੌਮ ਦੇ ਮਹਾਨ ਆਗੂ ਉਹ ਵੀ ਗੁਰਮਾ ਪਿਆਰਿਓ ਬਹੁਤ ਵੱਡਾ ਗੱਡੀਆਂ ਬੱਸਾਂ ਦਾ ਕਾਫਲਾ ਲੈ ਕੇ ਪਹੁੰਚੇ ਹੈ ਮੈਂ 3 ਮਿੰਟ ਦੀ ਇੱਕ ਜਾਗੋ ਕਹਿ ਕੇ ਸਿਫਾਰਸ਼ਾਂ ਮੇਰੇ ਕੋਲੇ ਬੜੀਆਂ ਨੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਵੱਲੋਂ ਸਤਿਕਾਰ ਵੀ ਕੀਤਾ ਗਿਆ ਇਹ ਤੇ ਜਦੋਂ ਆ ਜਾਂਦੇ ਆ ਸਾਡਾ ਤੇ ਵੈਸੇ ਹੀ ਸਤਿਕਾਰ ਹੋ ਜਾਂਦਾ ਤੇ ਸੰਗਤ ਵੱਲੋਂ ਸਿਫਾਰਸ਼ਾਂ ਬੜੀਆਂ ਆ ਰਹੀਆਂ ਨੇ ਕੋਈ ਕਹਿੰਦੇ ਦਾਦੂਵਾਲ ਵਾਲੀ ਕਵਿਤਾ ਸੁਣਾਓ ਕੋਈ ਕਹਿੰਦੇ ਦਸਤਾਰ ਵਾਲੀ ਸੁਣਾਓ ਹੁਣ ਮੇਰੇ ਕੋਲੇ ਸਮਾਂ ਉਹਨਾਂ ਕਹਿ ਮੈਂ ਜਾਗੋ ਕਹਿ ਕੇ ਆਪ ਜੀ ਤੋਂ ਖਿਮਾ ਮੰਗ ਜਾਣੀ ਆਓ ਸਾਰੇ ਪਿਆਰ ਨਾਲ ਜਾਗੋ ਵਿੱਚ ਬੋਲੀਏ ਜਾਗੋ ਨੌਜਵਾਨੋ ਗੁਰਾਂ ਦੀ ਭੀੜ ਬੇਗਾਨੇ ਲੈ ਗਏ ਜਾਗੋ ਨੌਜਵਾਨੋ ਗੁਰਾਂ ਦੀ ਭੀੜ ਬੇਗਾਨੇ ਲੈ ਗਏ ਨੌਜਵਾਨੋ ਗੁਰਾਂ ਦੀ ਭੀੜ ਬੇਗਾਨੇ ਲੈ ਗਏ ਜਾਗੋ ਨੌਜਵਾਨੋ ਗੁਰਾਂ ਦੀ ਭੀੜ ਬੇਗਾਨੇ ਲੈ ਗਏ ਜਾਗੋ ਨੌਜਵਾਨੋ ਜਥੇ ਦਰ ਮੋਰ ਤੇ ਲਾ ਕੇ ਬੰਗੇ ਨੌਜਵਾਨੋ ਜਥੇਦਾਰ ਮੋਰ ਚਲਾ ਕੇ
ਅੰਗ ਗੁਰਾਂ ਦੇ ਪਾੜ ਪਾੜ ਕੇ ਗਲੀਆਂ ਵਿੱਚ ਖਿਲਾਰੇ ਮਰ ਜੀਵਣਿਆਂ ਦੀ ਕੌਮ ਨੂੰ ਭਾਈ ਲਿਖ ਲਿਖ ਦਬਕੇ ਮਾਰੇ ਮਰ ਜੀਵਣਿਆਂ ਦੀ ਕੌਮ ਨੂੰ ਭਾਈ ਲਿਖ ਲਿਖ ਦਬਕੇ ਮਾਰੇ ਉਹ ਕਲਗੀ ਧਰ ਦੇ ਪੁੱਤਰੋ ਧੀਓ ਅੰਦਰ ਵੜ ਕੇ ਬਹਿ ਗਏ ਜਾਗੋ ਨੌਜਵਾਨੋ ਗੁਰਾਂ ਦੀ ਭੀੜ ਲਗਾ ਦੇ ਲੈ ਗਏ ਜਾਗੋ ਨੌਜਵਾਨੋ ਗੁਰਾਂ ਦੀ ਭੀੜ ਲਗਾ ਦੇ ਲੈ ਗਏ ਐ ਬੁੱਲ ਕਲਾਂ ਦੀਆਂ ਸੰਗਤਾਂ ਨੇ ਜਾ ਲਾਇਆ ਰੋਸ ਵਿੱਚ ਧਰਨਾ ਬੈਬਲ ਕਲਾਂ ਦੀਆਂ ਸੰਗਤਾਂ ਨੇ ਜਾ ਲਾਇਆ ਰੋਸ ਵਿੱਚ ਧਰਨਾ ਉਹ ਦੋ ਵੀਰਾਂ ਨੇ ਮੰਡ ਲਿਆ ਸੀ ਆਪਣੇ ਗੁਰੂ ਲਈ ਮਰਨਾ ਦੋ ਵੀਰਾਂ ਨੇ ਮੰਡ ਲਿਆ ਸੀ ਆਪਣੇ ਗੁਰੂ ਲਈ ਮਰਨਾ ਓਏ ਅਸੀਂ ਚੱਲੇ ਆ ਤੁਸੀਂ ਆ ਜਿਓ ਜਾਂਦੇ ਜਾਂਦੇ ਕਹਿ ਗਏ ਕੁਝ ਕਰਨਗੀਆਂ ਸਰਕਾਰਾਂ ਇਹ ਨਾ ਸੋਚੋ ਪੰਥ ਲਈ ਕੁਝ ਕਰਨਗੀਆਂ ਸਰਕਾਰਾਂ ਓਏ ਆਪਣਿਆਂ ਨੇ ਕਸਰ ਨਾ ਛੱਡੀ ਲਾਈ ਵਾਗਦਾਰਾਂ ਆਪਣਿਆਂ ਨੇ ਕਸਰ ਨਾ ਛੱਡੀ ਲਾਈ ਵਾਗਦਾਰਾਂ ਉਹ ਕੌਮ ਦੇ ਜਾਨੀ ਦੁਸ਼ਮਣ ਉੱਤੇ ਉੱਤਿਆਂ ਉੱਤੇ ਬਹਿ ਗਏ ਬਰਗਾੜੀ ਦਾਣਾ ਮੰਡੀ ਇਨਸਾਫ ਮੋਰਚਾ ਲੱਗਿਆ ਓਏ ਛੱਡ ਦਿਓ ਘਰਾਂ ਨੂੰ ਆ ਜਾਓ ਵੀਰ ਨੂੰ ਬਿਗਲ ਜੰਗ ਦਾ ਵੱਜਿਆ ਛੱਡ ਦਿਓ ਘਰਾਂ ਨੂੰ ਆ ਜਾਓ ਵੀਰ ਨੂੰ ਬਿਗਲ ਜੰਗ ਦਾ ਵੱਜਿਆ ਉਹ ਚਾਂਦਪੁਰੇ ਦੇ ਹੋਕਾ ਸੁਣ ਕੇ ਬੰਨ ਕਾਫਲੇ ਬਹਿ ਗਏ ਪਿੰਡਰਾਂ ਵਾਲੇ ਕਹਿ ਗਏ ਰਾਜ ਸੰਭਾਲੋ
ਮੈਂ ਪਿਆਰੇ ਅਖੀਰ ਦੇ ਵਿੱਚ ਆਪਾਂ ਸਾਰੇ ਰਲ ਕੇ ਇਹ ਹੋਕਾ ਸਿੱਖ ਨੌਜਵਾਨੀ ਨੂੰ ਦੇਈਏ ਕਿ ਨੌਜਵਾਨੋ ਆਓ ਆਪਾਂ ਸਾਰਿਆਂ ਨੇ ਰਲ ਕੇ ਬੋਲਣਾ ਹੈ। ਜਾਗੋ ਨੌਜਵਾਨੋ ਏ ਗੁਰਾਂ ਦੀ, ਜਾਗੋ ਨੌਜਵਾਨੋ ਏ ਗੁਰਾਂ ਦੀ, ਆਜੋ ਨੌਜਵਾਨੋ ਜਥੇਦਾਰ, ਆਜੋ ਨੌਜਵਾਨੋ ਜਥੇਦਾਰ, ਜਾਗੋ ਨੌਜਵਾਨੋ ਆਓ। ਗੁਰਮਹਿ ਪਿਆਰੇ ਖਾਲਸਾ ਪੰਥ ਜਾਗ ਪਿਆ, ਬੱਚੇ ਬੱਚੇ ਨੂੰ ਇਸ ਗੱਲ ਦੀ ਜਾਣਕਾਰੀ ਹੋ ਗਈ ਹੈ। ਆਓ ਇੰਨੀਆਂ ਬੇਨਤੀਆਂ ਪ੍ਰਵਾਨ। ਅਗਲਾ ਪ੍ਰੋਗਰਾਮ ਸਰਦਾਰ ਜਸਕਰਨ ਸਿੰਘ ਜੀ ਪਾਸੋਂ, ਗਲਤੀਆਂ ਭੁੱਲਾਂ ਦੀ ਖਿਮਾ ਪਲਾਈਏ ਫਤਿਹ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ। ਚਾਂਦਪੁਰਾ ਸਾਹਿਬ ਨੂੰ ਬੇਨਤੀ ਹੈ ਕਿ ਪ੍ਰਧਾਨ ਸਾਹਿਬ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜੋ ਬਰਨਾਲੇ ਤੋਂ ਜਥਾ ਆਇਆ ਰਣਜੀਤ ਸਿੰਘ ਜੀ ਸੰਘੇੜਾ ਸਾਹਿਬ, ਲਾਭ ਸਿੰਘ ਜੀ ਠਿਕਰੀਵਾਲ ਸੰਘੇੜਾ ਦੀ ਜਿਹੜੀ ਸੰਗਤ ਹੈ, ਇਹ ਜਿਹੜੇ ਜਥਾ ਲੈ ਕੇ ਆਈ ਹੈ, ਉਹਦੇ ਵਿੱਚ ਨਵਦੀਪ ਸਿੰਘ ਜੀ ਹੋਰੀ ਇਹ ਸਾਰੇ ਪਹੁੰਚੇ ਹੈ। ਮੈਂ ਨਾਂ ਸਾਰਿਆਂ ਦਾ ਬਾਅਦ ਚ ਲਊਂਗਾ। ਸੋ ਬਾਬਾ ਜੀ ਨੂੰ ਪ੍ਰਧਾਨ ਸਾਹਿਬ ਨੇ ਕਿਹਾ ਕਿ ਇੱਕ ਹੋਰ ਪ੍ਰਸੰਗ ਤੁਸੀਂ ਸੁਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂਆਂ ਪਿਆਰਿਓ, ਬਹੁਤ ਬਹੁਤ ਧੰਨਵਾਦ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਵੀ, ਸੈਕਟਰੀ ਸਾਹਿਬ ਦਾ ਵੀ, ਸਿੰਘ ਸਾਹਿਬਾਨਾਂ ਦਾ ਵੀ। ਅਗਲੀ ਜਿਹੜੀ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ, ਗੁਰੂ ਗ੍ਰੰਥ ਅਤੇ ਪੰਥ ਦੀ ਆਵਾਜ਼। ਅੱਜ ਦੇ ਸਮੇਂ ਵਿੱਚ ਪੰਥ ਵੀ ਆਪਣੇ ਵਾਰਸਾਂ ਨੂੰ ਆਵਾਜ਼ ਮਾਰ ਰਿਹਾ ਹੈ ਤੇ ਗੁਰੂ ਗ੍ਰੰਥ ਵੀ ਆਪਣੇ ਵਾਰਸਾਂ ਨੂੰ ਆਵਾਜ਼ ਮਾਰ ਰਿਹਾ ਹੈ। ਕਈ ਬੁਲਾਰੇ ਬਹੁਤ ਸੱਚਾ ਬੋਲ ਕੇ ਜਾਂਦੇ ਨੇ ਕਿ ਕੌਮ ਨੂੰ ਇਕੱਤਰ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪ ਕੁਰਬਾਨੀ ਦਿੱਤੀ ਹੈ। ਕੌਣ ਹੈ ਗੁਰੂ ਸਾਹਿਬ ਦੀ ਹੁਰਮਤੀ ਕਰਨ ਵਾਲਾ? ਇਹ ਪਲਟਾ ਵੱਜਣਾ ਸੀ, ਇਹ ਯੁੱਗ ਪਲਟਣਾ ਸੀ, ਸਾਡੇ ਭਟਕੇ ਹੋਏ ਵਿਛੜੇ ਹੋਏ ਵੀਰਾਂ ਦਾ ਮਿਲਾਪ ਹੋਣਾ ਸੀ। ਤੇ ਆਓ ਗੁਰੂ ਗ੍ਰੰਥ ਪੰਥ ਦੀ ਜਿਹੜੀ ਕਵਿਤਾ ਹੈ, ਮੈਂ ਮਾਨ ਸਾਹਿਬ ਜੀ ਦੇ ਕਹਿਣ ਤੇ ਆਪ ਜੀ ਦੇ ਨਜ਼ਰ ਕਰਾਂ, ਧਿਆਨ ਦਿਓ। ਓ ਸੁਣਿਓ ਮੇਰੀ ਆਵਾਜ਼, ਮੈਂ ਗੁਰੂ ਗ੍ਰੰਥ ਬੋਲਦਾ ਹਾਂ। 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਨੇ। ਮੈਂ ਤੇ ਇੱਕ ਬੁਲਾਰਾ, ਇੱਕ ਸਪੀਕਰ ਆ, ਚੌਕੀਦਾਰ ਆ। ਸੁਣਿਓ ਧਿਆਨ ਨਾਲ, ਗੁਰੂ ਗ੍ਰੰਥ ਅਤੇ ਗੁਰੂ ਪੰਥ ਆਪਣੇ ਖਾਲਸੇ ਨੂੰ ਕਹਿਣਾ ਕੀ ਚਾਹੁੰਦਾ? ਸੁਣਿਓ ਮੇਰੀ ਆਵਾਜ਼, ਮੈਂ ਗੁਰੂ ਗ੍ਰੰਥ ਬੋਲਦਾ ਹਾਂ। ਸੁਣਿਓ ਮੇਰੀ ਆਵਾਜ਼, ਮੈਂ ਗੁਰੂ ਗ੍ਰੰਥ ਬੋਲਦਾ ਹਾਂ। ਸੁਣਿਓ
ਕਦ ਫੈਲ ਸਾ ਲੜਦਾ ਸੀ ਜਾ ਕੱਚੀਆਂ ਗੜੀਆਂ ਤੇ, ਅੱਜ ਦਾ ਸਿੱਖ ਕਿਉਂ ਜਾਂਦਾ ਏ ਮੱਠਾਂ ਜਾਂ ਮੜੀਆਂ ਤੇ, ਅੱਜ ਦਾ ਸਿੱਖ ਕਿਉਂ ਜਾਂਦਾ ਏ ਮੱਠਾਂ ਜਾਂ ਮੜੀਆਂ ਤੇ, ਮੈਂ ਸਾਰੀ ਦੁਨੀਆ ਦਾ ਸਾਂਝੇ ਬਈ ਇੱਕ ਸੰਤ ਬੋਲਦਾ ਸਰੂਪ ਵਿਗੜ ਗਏ ਮੇਰੇ ਧੀਆਂ ਪੁੱਤਾਂ ਦੇ ਸਰੂਪ ਵਿਗੜ ਗਏ, ਓ ਮੈਂ ਸ਼ਾਂਤੀ ਦਾ ਸੋਮਾ ਦੁਖੀ ਬੇਅੰਤ ਬੋਲਦਾ ਜੀ, ਅੱਜ ਕੱਲ ਮੇਰੇ ਆਪਣੇ ਮੇਰਾ ਕਰਨ ਰਾਤਰ ਜੀ, ਉਹ ਮੈਂ ਦੁਨੀਆ ਦਾ ਸਾਂਝਾ ਬਈ ਇੱਕ ਸੰਤ ਬੋਲਦਾ ਪਾਣੀ ਨੂੰ ਪੜਨਾ ਛੱਡ ਦਿੱਤਾ, ਪੰਥ ਲਈ ਅੱਜ ਸਿੱਖਾਂ ਨੇ ਜੀ ਲੜਨਾ ਛੱਡ ਦਿੱਤਾ, ਪੰਥ ਲਈ ਅੱਜ ਸਿੱਖਾਂ ਨੇ ਜੀ ਲੜਨਾ ਛੱਡ ਦਿੱਤਾ, ਉਹ ਦੀਪ ਸਿੰਘ ਦੇ ਵਾਰਸੇ ਮੈਂ ਬੇਅੰਤ ਸਤਵੰਤ ਬੋਲਦਾ ਸੁਣਿਓ ਤੇਰੀ ਆਵਾਜ਼ ਮੈਂ ਗੁਰੂ ਗ੍ਰੰਥ ਬੋਲਦਾ।
ਗੁਰੂ ਗ੍ਰੰਥ ਬੋਲਦਾ ਦੀ ਪਹਿਲ ਬਿਨਾ ਇਹ ਪੰਥ ਨਹੀਂ ਰਹਿਣਾ ਪਹਿਲ ਬਿਨਾ ਇਹ ਪੰਥ ਨਹੀਂ ਰਹਿਣਾ ਪੰਥ ਜਿਹੜਾ ਰਿਹਾ ਖਾਲਸਾ ਗ੍ਰੰਥ ਨਹੀਂ ਰਹਿਣਾ ਪੰਥ ਜਿਹੜਾ ਰਿਹਾ ਖਾਲਸਾ ਗ੍ਰੰਥ ਨਹੀਂ ਰਹਿਣਾ ਮੈਂ ਚਾਂਦਪੁਰੇ ਤੋਂ ਕਲਮਾ ਦੇ ਧਨਵੰਤ ਬੋਲਦੇ ਹਾਂ ਗੁਰੂ ਗ੍ਰੰਥ ਬੋਲਦਾ ਗੁਰੂ ਗ੍ਰੰਥ ਬੋਲਦਾ ਹੀਰਾ ਖਾਲਸਾ ਪੰਥ ਬੋਲਦਾ ਬਚਨ ਵਾਲੇ ਮਹੀਦਾ ਖਾਲਸਾ ਪੰਥ ਬੋਲਦਾ ਸਾਰੇ ਪਿਆਰ ਨਾਲ ਪਿੱਛੇ ਤੱਕ ਆਵਾਜ਼ ਆਉਣੀ ਚਾਹੀਦੀ ਹੈ ਸੁਣਿਆ ਮੇਰੀ ਆਵਾਜ਼ ਮੈਂ ਗੁਰੂ ਬਚਨ ਵਾਲੇ ਮਾਹੀ ਦਾ ਖਾਲਸਾ ਸੁਣਿਆ ਮੇਰੀ ਆਵਾਜ਼ ਮੈਂ ਗੁਰੂ ਜੀ ਬਚਨ ਵਾਲੇ ਮਾਹੀ ਦਾ ਹੁਣ ਸਰਕਾਰਾਂ ਨੂੰ ਵੀ ਸੁਣ ਲੈਣਾ ਚਾਹੀਦਾ ਕਿ ਬਰਗਾੜੀ ਦੇ ਵਿੱਚੋਂ ਗੁਰੂ ਗ੍ਰੰਥ ਅਤੇ ਪੰਥ ਦੀ ਆਵਾਜ਼ ਬੋਲ ਰਹੀ ਹੈ ਗਲਤੀਆਂ ਭੁੱਲਾਂ ਦੀ ਖਿਮਾ ਸਮੇਂ ਦੇਣ ਵਾਸਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ